ਲੈ ਜੀ ਮੁਹੰਮਦ ਅਲੀ ਸਾਹਿਬ ਬਤਾਏ ਜੀ। ਰਨ ਮਰੀ ਦੀ ਇਹ ਹੋਣ ਦੀ ਨੀ ਹੈ, ਮੇਰੇ ਪੜਦਾਦਾ ਜੀ, ਦਾਦਾ ਜੀ, ਅਬੂ ਵੀ ਸਾਰੇ ਨਸਲੀ ਹੈ ਨਾ, ਰਨ ਮਰੀ ਦੀ ਖਾਨਦਾਨੀ ਤੇ ਇਹ ਚੱਲਦੀ ਆ ਰਹੀ ਹੈ। ਹੁਣ ਮੈਂ ਅੱਗੋਂ ਆਪਣੇ ਬੇਟੇ ਨੂੰ ਵੀ ਟ੍ਰੇਨ ਕਰ ਰਿਹਾ ਵਾਂ। ਸਾਡੇ ਇੱਕ ਇਸ ਗਰੁੱਪ ਦੇ ਵਿੱਚ ਨਾ ਬੜੇ ਪਿਆਰ ਵਾਲੇ ਦੋਸਤ ਨੇ, ਉਹ ਨਵਾਂ ਨੁਸਖਾ ਤੁਹਾਡੇ ਕੋਲੋਂ ਰਨ ਮਰੀ ਦੀ ਦਾ ਪੁੱਛਣਾ ਚਾਹ ਰਹੇ ਨੇ, ਜਿਹੜਾ ਤੁਸੀਂ ਅੱਗੇ ਸਾਨੂੰ ਦੱਸਿਆ। ਹਾਂਜੀ, ਉਹ ਨਾ ਉਹ ਨੁਸਖਾ ਇੰਜ ਕਿ ਇੱਕ ਗਲਾਸ ਨੀਮ ਗਰਮ ਪਾਣੀ ਲੈ ਲੈਣਾ ਤੇ ਬੇਗਮ ਦੇ ਦੋਵੇਂ ਪੈਰ ਧੋ ਲੈਣੇ ਨੇ। ਇਹ ਪਾਣੀ ਨੀਮ ਗਰਮ ਲੈਣਾ? ਹਾਂਜੀ, ਉਹਦੇ ਨਾਲ ਥਕਾਵਟ ਵੀ ਲੱਥ ਜਾਏਗੀ ਨਾ। ਬੇਗਮ ਦੀ ਕੀ ਆਪਣੀ? ਬੇਗਮ ਦੀ। ਅੱਛਾ ਠੀਕ ਹੈ, ਫਿਰ ਉਹ ਘੁੱਟਣ ਦੀ ਵੀ ਲੋੜ ਕੋਈ ਨੀ। ਠੀਕ ਹੈ, ਕਈ ਬੰਦੇ ਜਿਵੇਂ ਮੇਰੇ, ਮੈਨੂੰ ਮੈਂ ਨੀ ਘੁੱਟ ਕੇ ਸੌਂਦਾ, ਮੈਨੂੰ ਨੀਂਦਰ ਹੀ ਨਹੀਂ ਫਿਰ ਪੈਂਦੀ ਨਾ ਘੁੱਟਾਂ ਦੇ। ਤੇ ਉਹ ਨਾ ਦੋ ਚਮਚੀਆਂ ਰੂਹ ਅਫਜ਼ਾ ਸ਼ਰਬਤ ਸੁੱਟ ਕੇ ਨਾ ਤੇ ਸੀਰਪ ਪੀ ਛੱਡਣਾ ਤੇ ਤਿੰਨ ਦਿਨ ਬਾਅਦ ਰਨਮਰੀ ਤਿਆਰ ਤੇ 100 ਸਾਲਾ ਪੁਰਾਣੀ ਖੰਘ ਵੀ ਖਤਮ ਹੋ ਜਾਏ। ਖੰਘ ਦੇ ਵਿੱਚ ਕੀ ਅਮਲ ਦਖਲ ਹੈ? ਉਹ ਜਿਹੜੇ ਪੈਰਾਂ ਦੇ ਵਿੱਚ ਵਿਟਾਮਿਨ ਹੁੰਦੇ ਨੇ ਉਹ ਖਾਂਸੀ ਵੀ ਖਤਮ ਕਰਦੇ। ਜੇ ਬੰਦਾ ਉਂਝ ਹੀ ਵੱਖੀ ਚ ਠੁੱਡੇ ਛੁੱਡੇ ਖਾ ਲੇ ਤੇ? ਜਨਾਬ, ਇਹ ਸਾਡੇ ਨਾਲ ਅੱਜ ਰਨਮਰੀਤ ਬਕਲਮੇ ਖੁਦ ਨੇ ਤੇ ਇਹ ਸਾਨੂੰ ਅੱਜ ਆਪਣੀ ਆਪ ਹੱਡ ਬੀਤੀ ਸੁਣਾਉਣ ਦੇ ਕਿ ਕੀ ਇਹਨਾਂ ਨਾਲ ਬੀਤੀ ਸੀ, ਉਹ ਜਿਹੜਾ ਵਾਕਿਆ ਸੀ ਜਿਨ੍ਹਾਂ ਨੂੰ ਇਹਨਾਂ ਕੰਮ ਕਰਨ ਤੇ ਮਜਬੂਰ ਕਰ ਛੱਡਿਆ, ਉਹ ਕਿਹੜਾ ਐਸਾ ਵਾਕਿਆ ਸੀ? ਉਹ ਮੈਂ ਆਪਣੇ ਅੱਬੂ ਨੂੰ 500 ਰੁਪਇਆ ਦਿੰਦਾ ਹਾਂ ਤੇ ਮੈਨੂੰ ਗਾਲਾਂ ਕੱਢਦੇ ਹਨ, ਫਿਰ ਮੈਂ ਵੱਖਰਾ ਹੋ ਕੇ ਸਹੁਰੇ ਡੁਰ ਗਿਆ, ਸਹੁਰੇ ਨੂੰ 200 ਦੇਣਾ ਹਾਂ ਤੇ ਮੂੰਹ ਮੱਥਾ ਚੁੰਮਦੇ ਹਨ। ਤੇ ਜਦੋਂ ਛੋਟੇ ਭਰਾ ਨੇ ਮਾਰਿਆ ਨਾ ਜਨਾਨੀ ਨੂੰ, 3 ਦਿਨ ਫਿਰ ਮਰੰਦ ਰੋ ਦਿਲ ਰੋਂਦਾ, ਮੈਂ ਨੀ ਰੋਂਦਾ, ਫਿਰ ਮਰੰਦ ਰੋ ਦਿਲ ਰੋਂਦਾ। ਜਨਾਨੀਆਂ ਕਿੱਥੋਂ ਲੱਭਦੀਆਂ ਨੇ, ਮਾਂ ਪਿਓ ਮਰ ਜੇ ਸਾਰਾ ਮੁਹੱਲਾ ਦਲਾਸੇ ਦਿੰਦਾ, ਪੁੱਤਰਾ ਹੀ ਤੇਰੇ ਵੱਡੇ ਵਡੇਰੇ ਨਾ ਰੋ, ਜਨਾਨੀ ਮਰ ਜੇ ਕੋਈ ਬੀਬੀ ਆਂਦੀ ਮੈਂ ਤੇਰੀ ਜਨਾਨੀ। ਸਾਨੂੰ ਪੁੱਛੋ ਸਿਆਣੇ ਐਵੇਂ ਤੇ ਨੀ ਕਹਿੰਦੇ ਜਨਾਨੀ ਦੀਆਂ ਗਾਲਾਂ ਘਿਓ ਦੀਆਂ ਨਾਲਾਂ, ਜਿੰਨਾ ਚਿਕਰ ਉਹਨੂੰ ਘੁੱਟ ਕੇ ਨਾ ਸਵਾ ਨੀਂਦਰ ਹੀ ਨੀ ਪੈਂਦੀ। ਅੰਮਾ ਮੇਰੀ ਕਹਿੰਦੀ ਪੁੱਤਰ ਤੂੰ ਉਹਦੇ ਥੱਲੇ ਲੱਗਾ, ਮੈਂ ਕਿਹਾ ਮਾਂ ਹੀ ਮੈਨੂੰ ਉੱਤੇ ਠੰਡ ਲੱਗ। ਹਾਂਜੀ।